ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਅੰਦਰ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੀ ਹੈ। ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ 90 ਸੀਟਾਂ ਤੋਂ ਵੱਧ ਜਿੱਤ ਕੇ ਲੋਕਾਂ ਨੂੰ ਮਜ਼ਬੂਤ ਸਰਕਾਰ ਦੇਵੇਗੀ। ਬੀਬੀ ਭੱਠਲ ਕਾਂਗਰਸ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਪਰਸਨ ਦੇ ਤੌਰ ਤੇ ਸਰਕਟ ਹਾਊਸ ਲੁਧਿਆਣਾ ਮੀਟਿੰਗ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਬੀਬੀ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਜਾਂ ਉਹਨਾਂ ਦੇ ਫਰੰਟ ਨਾਲ ਕੋਈ ਸੌਦੇਬਾਜ਼ੀ ਨਹੀਂ ਕਰ ਰਹੀ, ਪਰ ਸਿੱਧੂ ਅਤੇ ਉਸ ਦੇ ਸਾਥੀ ਆਪਣੇ ਆਪ ਨੂੰ ਖੁਦ ਹੀ ਲੋਕਾਂ ਸਾਹਮਣੇ ਸ਼ੱਕੀ ਬਣਾ ਰਹੇ ਨੇ। ਬੀਬੀ ਭੱਠਲ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਤੇ ਵਿਅੰਗ ਕੱਸਦੇ ਹੋਏ ਆਖਿਆ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਦੀ ਚੋਣ ਨੂੰ ਬਾਦਲ ਪਰਿਵਾਰ ਨੇ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਹੈ। ਉਸਕੋ ਆਪ ਚੁਣੇ ਕਹਤੇ ਹੋ, ਜਿਸ ਤਰੀਕੇ ਸੇ ਬਾਦਲ ਸਾਹਿਬ ਕੀ ਮੋਹਰ ਲਗਤੀ ਹੈ, ਆਜ ਬਾਦਲ ਸਾਹਿਬ ਕੀ ਮੋਹਰ ਇਸਮੇ ਲਗ ਜਾਏਗੀ। ਜੋ ਕੁਛ ਵੀ ਹੈ ਉਸਕੇ ਉੱਪਰ ਚੋਣ ਕਾ ਲਫ਼ਜ਼ ਕਹਿਣਾ, ਚੋਣ ਕੇ ਲਫ਼ਜ਼ ਕਾ ਅਪਮਾਨ ਕਰਨਾ ਹੈ, ਅਕਾਲੀ ਦਲ ਕੀ ਪਾਰਟੀ ਮੇ ਚੋਣ ਕਹਿਣਾ ਜਾਂ ਸਿਲੈਕਸ਼ਨ ਕਰਨਾ, SDPC ਹੋ ਉਨਕੇ ਸਾਥ ਹੀ ਹੈ, ਕਿਉਂਕਿ ਰਿਲੀਜੀਅਸ ਪਾਰਟੀ ਵੀ ਆਪਣੇ ਆਪ ਕੋ ਖਾਤੇ ਹੈ। ਉਸਕੋ ਚੋਣ ਹਮ ਕਹਿ ਨਹੀਂ ਸਕਤੇ, ਜੇ ਪੂਰਾ ਗੂਠਾ ਠੀਕ ਹੈ, ਪਰਚੀ ਹੈ, ਗਿੱਜਾ ਪਰਚੀ ਹੈ। ਦੇਖੇ ਨਵਜੋਤ ਸਿੰਘ ਸਿੱਧੂ ਜੈਸੇ ਮੈਂ ਕਹਿਤੀ, ਉਸਕੇ ਪਰਿਵਾਰ ਕਾ ਕਾਂਗਰਸ ਕੀ ਬੈਕਗ੍ਰਾਉਂਡ ਥੀ, ਮੈਂ ਸਮਝਤੀ ਤੇ ਅੱਛਾ ਪੜ੍ਹਿਆ ਲਿਖਿਆ ਸਮਝਦਾਰ ਆਦਮੀ ਹੈ ਲੜਕਾ, ਲੇਕਿਨ ਉਸਨੇ ਆਪਣਾ ਫਿਊਚਰ ਕੇ ਬਾਰੇ ਮੇਂ ਆਪ ਹੀ ਕੁਛ ਡਾਊਟਫੁਲ ਬਨ ਗਿਆ, ਇਤਨੀ ਦੇਰ ਤੱਕ ਇਨਡਿਸਾਈਸਿਵ ਹੋਣਾ, ਦੈਟ ਇਜ਼ ਨਾਟ ਗੁੱਡ ਫਾਰ ਆ ਪੋਲੀਟੀਸ਼ੀਅਨ। ਸੋ ਦੈਟਸ ਵਾਈ ਵੀ ਆਰ ਸੇਇੰਗ ਕਿ ਉਸਕੋ ਅਗਰ ਆਨਾ ਹੈ, ਹੀ ਇਜ਼ ਮੋਸਟ ਵੈਲਕਮ, ਲੇਕਿਨ ਕਿਸ ਮੇਂ ਆਨਾ ਹੈ ਕਿ ਆਨਾ ਕੋ ਡਿਸੀਜਨ ਤੋ ਦੇ। ਉਹ ਤੋ ਡਿਸੀਜਨ ਨਹੀਂ, ਉਹ ਤੋ ਸੌਦੇਬਾਜ਼ੀ ਹੋ ਰਹੀ ਹੈ, ਆਪ ਲੈ ਜਾ ਰਹੇ ਹੋ। ਕੌਣ ਨਹੀਂ ਚਾਹਤਾ, ਪਾਂਡੇ ਜੀ ਕਹਤੇ ਜੇ ਵੀ ਬਣ ਜਾਏ, ਹਮਾਰਾ ਹਿੰਦੂ ਚਿਹਰਾ ਜੇ ਵੀ ਬਣ ਸਕਤੇ ਹੈ, ਕੌਣ ਨਹੀਂ ਚਾਹਤਾ, ਲੇਕਿਨ ਇਸ ਲਈ ਚਾਹਨੇ ਕੀ ਬਾਤ ਵੱਖਰੀ ਹੋਤੀ ਹੈ, ਬਾਤ ਹੋਣੀ ਕਿਆ ਸਿਰੇ ਕਾ ਚੜ੍ਹਦੀ, ਮੁਝੇ ਨਹੀਂ ਮਾਲੂਮ ਕਿ ਜੇ ਬਾਤੇ ਹੋਈ ਹੈ।